ਸਸਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਡੀ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਬਾਈ ਪਿੰਡ ਹੁਣ ਆ ਚੁੱਕੇ ਹਾਂ, ਚਲੋ ਬੜੇ ਟਾਈਮ ਬਾਅਦ ਆਏ ਹਾਂ ਕਿਉਂਕਿ ਬਾਈ ਦੇ ਪਿੰਡ ਮੇਲਾ ਵੀ ਸੀ, ਮੇਲਾ ਵੇਖ ਉਹ ਤੋਂ ਬਾਅਦ ਬਾਈ ਹੁਣ ਅਨੰਦਪੁਰ ਜਾਇਆ ਜੀ। ਅਤੇ ਚਲੋ ਅੱਜ ਵਿਹਲੇ ਹੋਏ ਹਨ, ਪਸ਼ੂ ਲੈ ਕੇ ਆਉਂਦੇ ਆ ਅਤੇ ਵੀਡੀਓ ਸ਼ੁਰੂ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਕਿੱਥੇ ਗਿਆ ਬੇਲੀ ਆਪਣਾ? ਹੁਣ ਕੰਮ ਹੀ ਕੋਈ ਆਇਆ ਨਹੀਂ ਹੁਣ। ਅੱਛਾ ਹਾਂਜੀ, ਹੋਰ ਸੁਣਾਓ? ਹੋਰ ਸੁਣਾਓ, ਮੇਲਾ ਕਿਵੇਂ ਲੰਘਿਆ? ਬਹੁਤ ਵਧੀਆ, ਸੱਚੇ ਪਾਤਸ਼ਾਹ ਦੀ ਮਿਹਰ ਬੜੀ ਵਧੀਆ। ਰੀਜਾ ਨੇ ਸਾਡੇ ਕੋਲ ਨਹੀਂ ਆਏ ਗਏ ਜੀ। ਹਾਂਜੀ, ਮੈਂ ਤਾਂ ਭਾਜੀ ਤੁਹਾਨੂੰ ਕਿਹਾ ਤੁਸੀਂ ਆਏ ਨਹੀਂ ਤੇ। ਚਲੋ ਉਹ ਵਧੀਆ ਲੰਘਿਆ। ਬਹੁਤ ਵਧੀਆ ਬਾਈ, ਦਾਰੂ ਬੜੀ ਕਰਦੀ ਹੁਣ? ਬਹੁਤ ਜ਼ਿਆਦਾ ਭਾਜੀ, ਦਾਰੂ ਦੇ ਚਵੀ 12 ਮਹੀਨੇ ਰੋਜ਼ ਚੜ੍ਹਦੀ, 24 ਘੰਟੇ ਚੜ੍ਹਦੀ ਸ਼ਰਾਬ। ਵੇਖ ਲਓ ਇਹੋ ਜਿਹਾ ਮੇਲਾ ਨਜ਼ਾਰੇ ਬੱਜੇ ਲੋਕਾਂ ਨੂੰ ਝੋਟੀਆਂ ਚੰਗੀਆਂ ਸੀਗੀਆਂ, ਸਾਰੀਆਂ ਵੇਖੀਆਂ, ਪਸ਼ੂ ਰਹਿ ਗਏ ਆਪਣੇ ਕੋਲ ਦੋ ਹੀ ਰਹਿ ਗਏ। ਤੇ ਮੈਂ ਭਾਜੀ ਨੂੰ ਫੋਨ ਕੀਤਾ ਵਾ, ਚਲੋ ਇਹ ਆ ਵੀ ਬਣਾਉਣੀ ਜ਼ਰੂਰ ਵੀਡੀਓ। ਇੱਕ ਝੋਟੀ ਫੇਰ ਬੱਚਾ ਮਰੀ ਨਾ, ਦੁਪਹਿਰੇ ਲਿਆਂਦੀ ਚੋ ਕੇ ਲਾਗੋ ਹੀ, ਹੁਣ 3 ਹੈਗੀਆਂ ਨੇ ਮੱਛੀ ਆ ਨਾ, ਮਗਰ ਮੱਛੀ ਪੂਰੇ ਫਾਇਦੇ ਤੁਹਾਡੇ, ਫਾਇਦਾ ਪੂਰਾ ਠੀਕ ਆ। ਲੱਤ ਲੁੱਤ ਨੀ ਮਾਰਦੀ, ਭਾਵੇਂ ਡਰ ਗਈ ਕੋਈ ਗੱਲ ਹੀ ਨੀ। ਹਾਂਜੀ ਫਿਰ ਭਾਜੀ, ਭਾਵੇਂ ਇਹਦਾ 60,000 ਮੰਗ ਲਈਏ ਠੀਕ ਆ, ਪਰ ਤੁਹਾਨੂੰ ਪਤਾ ਰੇਟ ਬਿਲਕੁਲ ਬਣ ਜਾਇਆ ਜੀ, ਬਿਲਕੁਲ 45,000 ਦੀ ਹੋਰ ਦੱਸ ਦੇ ਠੀਕ ਆ, 10,000 ਨਹੀਂ ਠੀਕ ਆ, 1,000 ਹੋਰ ਛੋਟ ਕਰ, 47 ਜੀ ਦੇ ਦਾਂਗੇ ਜਾਣ ਦੋ। ਇਹ ਪਿੰਡਾ ਸਿੰਘ ਕਮਾਨ ਵਾਲਾ ਠੀਕ ਹੈ, ਨਜ਼ਦੀਕ ਕਈ ਪਿੰਡ ਦਾਲਾਂ ਗੁਰੂ ਵਾਲੇ, ਇਹ ਪਿੰਡ ਤੇਰੇ ਫਿਰ ਭਾਜੀ ਅੱਜ ਜਿਹੜੇ ਰੇਟ ਕਪੜਾ, ਇਹ ਸੂਈ ਆ 15 ਦਿਨਾਂ ਦੀ, ਮੈਂ ਵਿਖਾਓ ਬੱਚਾ ਵਿਖਾ ਦੋ ਭਾਜੀ, ਹਾਂ ਜੀ ਕਰਾਂ ਦੇ। ਚਲੋ ਦੁੱਧ ਕਿੰਨਾ? 10 ਕਿਲੋ ਪੱਕਾ ਪੱਕਾ, ਐਡ ਵਰਗਾ ਭਾਜੀ 12 ਨਹੀਂ ਕਹਿਣਾ, ਅੱਖ ਵੇਖ ਲੋ ਬਿੱਲੀ, ਅੱਖ ਬਿੱਲੀ, ਸਿੰਘ ਸਿੰਘ ਵੀ ਵਧੀਆ ਭਾਜੀ, ਵਧੀਆ ਬਾਜ਼ਾਰ ਤੇ ਭਾਣਾ ਬੜਾ ਵਧੀਆ, ਕਿਉਂਕਿ ਬਾਜ਼ਾਰ ਵੀ ਬੜਾ ਹੀ ਤੇਜ਼, ਬਿਲਕੁਲ ਬਿਲਕੁਲ ਤੋਰੋ ਜੀ, ਆਪਾਂ 10 ਦਿਨ ਪਸ਼ੂ ਨਾਲ ਲਏ ਤੇ ਮੁੜ ਕੇ 2 ਦਿਨ ਲਿਆ ਹੀ ਨਹੀਂ। ਸਹੀ ਸਹੀ ਗੱਲ, ਸਹੀ ਗੱਲ ਤੁਹਾਡੀ, ਲੋ ਜੀ ਵੇਖ ਲੋ ਕਰਾਂ ਦੇ, ਖਾਣੀ ਵੇਖੋ ਕਿੱਡਾ ਕੈਮ ਲੱਗਾ ਮਾਜੀ, ਚੰਗੀ ਬਾਜ਼ਾਰ ਚੀਜ਼ਾਂ ਠੀਕ ਆ ਭਾਜੀ, ਹੈਂ ਹਾਂਜੀ ਜੀ ਠੀਕ ਆ।
ਭਾਜੀ ਬਾਜ਼ਾਰ ਦੇ ਭਾਅ ਸਭ ਚੱਲਣ ਡਿਆ ਨਾ ਚੈੱਕ ਨੀ ਹੋਈ ਇਹਦੇ ਕਰਮ ਨਿਕਲ ਆਵੇ ਨਾ ਨਿਕਲੇ ਦੁੱਧ ਦੇ ਥੱਲੇ 7 ਕਿਲੋ ਜੀ ਆਪਾਂ ਖਾਲੀ ਕਰਕੇ ਦਈਏ ਖਾਲੀ ਕਰਕੇ ਦੇਣੀ ਆ ਪਰ ਲੱਗੀ 1.5 ਮਹੀਨੇ ਦੀ ਗਰੰਟੀ ਨਾ ਜੋ ਲਓ ਜੀ ਵੇਖ ਲਓ ਕਰਾ ਦੇ 10:30 ਵਜੇ ਮੈਂ ਚੋ ਕੇ ਲਿਆਂਦੀ ਆ ਹੁਣ ਫੇਰ ਪਸਮਾਤੀ ਆ ਕਿ ਥਣ ਥੁਣਿਆ ਬੰਦਾ ਦੇਖ ਲੇਦਾ ਲਓ ਮਖਾਓ ਕਰਾ ਦੇ ਬੱਚਾ ਨਹੀਂ ਦਾ ਹੈਗਾ ਬੱਚਾ ਹੈ ਨਹੀਂ ਤੇ ਮੇਰਾ ਵੀ ਵੇਖ ਲਓ ਜਿਹੜਾ ਵੀ ਲੈ ਕੇ ਜਾਵੇ ਹਿਸਾਬ ਦਾ ਲਾ ਕੇ ਲੈ ਕੇ ਜਾਵੇ ਨਹੀਂ ਭਾਜੀ ਕਿਉਂਕਿ ਗਾਂ ਠੀਕ ਆ ਵੀ ਲੈ ਸਕਦੇ ਹਾਂ 1.5 ਮਹੀਨਾ ਹਾਂ ਲੱਗੀ ਨੂੰ ਵੇਖ ਲਓ ਕਰਾ ਦੇ ਜੇ 10 ਦਿਨ ਹੋ ਰਹੇ ਤੇ ਚੈੱਕ ਹੋਈ ਨਹੀਂ ਬਿਲਕੁਲ ਸਪਸ਼ਟ ਗੱਲਾਂ ਠੀਕ ਆ ਵੀ ਲੈ ਸਕਦੀ ਹਾਂ ਬਿੰਦਾ ਜੀ ਇੱਕ ਤਾਂ ਡੰਗ ਲੈ ਸਕਦੀ ਤੇ ਨਹੀਂ ਵੀ ਲੈ ਸਕਦੀ ਬਿਲਕੁਲ ਜੀ ਆ ਦੇ ਝੋਟੀ ਬਾਲੀ ਚੰਗੀ ਆ ਦੁੱਧ ਹੁਣ 7 ਕਿਲੋ ਝੋਟੀ ਥਲੇ ਲੈ ਠੀਕ ਆ ਅਰੇ ਪਰ ਉਹ ਕੱਢ ਕੇ ਲੈ ਆਵੇ ਬਾਹਰ ਸਾਰੇ ਭਾਜੀ ਅੱਜ ਝੋਟੀ ਦਾ ਮੁੱਲ ਹੀ ਕੋਈ ਨੀ ਵੇਖੋ ਖੁਸ਼ੀ ਪਰ ਏਦਾਂ ਨਾ ਹਿੱਲੇ ਠੰਡੀ ਆ ਉੱਥੇ ਏਦਾਂ ਹੀ ਮਿਲਦੀ ਸੀ ਵੇਖੋ ਲੇਵਾ ਸੱਜਣਾ 10 ਵਜੇ ਮੈਂ ਚੋ ਕੇ ਲਿਆਂਦੀ ਆ ਝੋਟੀ ਦੇ ਦਾਂਗੇ ਭਾਜੀ 60,000 ਦੀ ਉਹ 5,000 ਛੋਟ 55 ਹਾਂਜੀ ਇੱਕ ਝੋਟੀ ਹੋਰ ਪਾਉਣੀ ਘਰੋਂ ਆਪਾਂ ਆ ਜਾਓ ਆ ਜਾਓ ਉਹ ਵੀ ਵੇਚ ਦੀਏ ਜਾਣ ਦੋ ਨਹੀਂ ਪੈਂਦਾ ਨੀਲੀ ਰੰਗ ਦੀ ਝੋਟੀ ਆ ਗੱਬਣਾ ਗੱਬਣ ਨੀ ਕਿ ਟੀਕਾ ਲਵਾਇਆ ਇਹਨੂੰ ਹੋਏ ਸਿਰਫ ਅੱਜ 8 ਦਿਨ ਹਾਂ ਆਜੋ ਪਿੱਛੇ ਬੜੀ ਰੀਝ ਨਾਲ ਪਾਲੀ ਬਾਈ ਨੇ ਹਾਂਜੀ ਟੀਕਾ ਲਵਾਏ ਨੂੰ ਹੋਏ ਮੈਨੂੰ 8 ਦਿਨ ਹਜੇ ਮੈਂ ਨਾ ਇਹ ਖਾਲੀ ਦੇ ਨਾਲ ਸੌਣ ਵਾਲੀ ਆ ਪਹਿਲੀ ਦਾ ਟੀਕਾ ਭਰਾਇਆ ਵਾ ਸਾਰੀ ਇਹਦੀ ਫੇਸ ਕੁਆਲਿਟੀ ਵਿਖਾ ਦਿਓ ਦਿਖਾਓ ਮਾੜਾ ਜਿਹਾ ਹਾਂਜੀ ਲਓ ਜੀ ਬੋਲਾਂ ਭਾਜੀ ਹਾਂ ਖੋਲੋ ਖੋਲੋ ਜੀ ਜੇ ਕਿਸੇ ਦੇ ਮਨ ਨੂੰ ਪਸੰਦ ਹੋਵੇ ਉਹ ਨਾ ਕਾਟੂ ਨਾ ਕੋਈ ਫੋਨ ਲਾ ਦੇ ਨਾ 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 ਆਵੇ ਬੜੀ ਸੰਭਾਲ ਕਰਕੇ ਰੱਖੀ ਬਾਈ ਨੇ ਦੁੱਧ ਉਹਦੇ ਪੂਰਾ ਪਿਆ ਨਾਲੇ ਸਾਰੀਆਂ ਬੜੀਆਂ ਸਾਂਭੀਆਂ ਝੋਟੀ ਬਾਲੀ ਚੰਗੀ ਆ ਠੀਕ ਆ ਚਲੋ ਹਾਂਜੀ ਫਿਰ ਪਿੰਦਾ ਜੀ ਭਾਜੀ ਇਹਦੇ ਹੁਣ ਮੈਂ ਪੈਸੇ ਜਾਇਜ਼ ਹੀ ਲੈਣੇ ਆ ਹਜੇ ਜਾਇਜ਼ ਜੀ ਇਹ ਜੇ ਵੇਚ ਜੂ ਤੇ ਵੇਚ ਦਾਂਗੇ ਹਾਂ ਨਾ ਵੀ 40,000 ਦੀ ਦੇ ਦਾਂਗੇ ਚਲੋ ਠੀਕ ਆ ਇੱਕ ਹੋਰ ਹੈਗੀ ਜੋ ਅੱਛਾ ਆ ਜੋ ਕੱਟੀ ਅੱਛਾ ਸੂਈ ਇਹਨੂੰ 2.5 ਮਹੀਨੇ ਠੀਕ ਆ ਸਵੇਰੇ ਆਪਾਂ ਚਾਹੁੰਦੇ ਹਾਂ 9:30 ਵਜੇ ਬਾਂਧਾਂ ਲਾਈਆਂ ਦੁੱਧ ਪੂਰਾ ਹੋ ਜਾਂਦਾ ਤੇ 9-10 ਕਿਲੋ ਦੇ ਥੱਲੇ ਦੁੱਧ ਚ 9-10 ਕਿਲੋ ਦੁੱਧ ਖੁੱਲਾ ਡੁੱਲਾ ਲਓ ਜੀ ਖੁੱਲਾ ਡੁੱਲਾ ਵੀ ਵੇਖੋ ਕਰ ਦੂਜਾ ਸੂਆ ਜੋ ਦੂਜਾ ਸੂਆ ਤੇ ਵੇਖੋ ਕਰ ਆ ਜੀ ਜੀ ਦੇ ਵੀ ਬੜੀ ਹੱਥ ਦੀ ਆ ਬੜੀ ਭਾਰੀ ਚੰਗੀ ਮਈ ਹੈ ਮੁੰਨੀਆਂ ਮਲੀਆਂ ਨਾ ਤਾਂ ਕਰਕੇ ਲੱਗਣੀਆਂ ਬੁਰੀਆਂ ਜੇ ਵਿਗੜਨੀਆਂ ਤੇ ਵੇਚ ਦਾਂਗੇ ਬਸ 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 ਨਹੀਂ ਤਾਂ ਘਰੇ ਪਰ ਤੁਹਾਨੂੰ ਪੈ ਹੀ ਜਾਂਦੇ ਆ ਨਹੀਂ ਫਿਰ ਸਾਡੇ ਕਦੇ ਆਈ ਨਹੀਂ ਬਿਲਕੁਲ 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 ਉਹ ਤਾਂ ਕਰਕੇ ਨਾ ਝੋਟੀ ਆ ਵੀ ਗੱਬਣ ਵਾ ਗਾਂ ਵੀ ਗੱਬਣ ਨਿਕਲ ਆਈ ਆ ਮਗਰ ਆ ਝੋਟੀ ਫਿਰ ਤਿਆਰ ਹੋ ਗਈ ਆ ਚਲੋ ਇੱਕੋ ਵਸ਼ੀ ਤਿਆਰ ਹੋ ਗਈ ਆ ਇਹਦੇ ਬੋਲੋ ਫਿਰ
ਬਿਲਕੁਲ ਬਿਲਕੁਲ ਤੇ ਉਹ ਤੇ ਹੈ ਹੀ ਆ ਨਾ ਵੇਚਣ ਵਾਲੀਆਂ ਕਰਮ ਵਾਲੀਆਂ ਤੁਰੀਆਂ ਆਉਣੀਆਂ ਬਸ ਬਸ ਗਰਮੀ ਬਹੁਤ ਹੋ ਗਈ ਗਰਮੀ ਭਾਜੀ ਪੂਰੀ ਮੱਛਰੀ ਬੜਾ ਹੋ ਗਿਆ ਮੱਛਰੀ ਬਹੁਤ ਹੋ ਗਈ ਨਾਲੇ ਮੱਛਰੀ ਬੜੀ ਆ ਤੇ ਮਾਲ ਏਦਾਂ ਹੀ ਮਾੜਾ ਚੰਗਾ ਭਾਜੀ ਜਿੰਨੇ ਕੁ ਜੋਗੇ ਆ ਜਿੱਦਾਂ ਦੀਆਂ ਓਦਾਂ ਦੀਆਂ ਲਿਆਈ ਦੀਆਂ ਬਿਲਕੁਲ ਬਿਲਕੁਲ ਠੀਕ ਹੈ ਨਾ ਅਸੀਂ ਬੜੀਆਂ ਫੜਾ ਨੀ ਮਾਰਦੇ ਜੇ ਸਾਨੂੰ ਚੰਗੀ ਮਿਲਦੀ ਅਸੀਂ ਚੰਗੀ ਲੈ ਆਉਂਦੇ ਹਾਂ ਜੇ ਮਾੜੀ ਮਿਲਦੀ ਮਾੜੀ ਲੈ ਆਉਂਦੇ ਹਾਂ ਠੀਕ ਹੈ ਨਾ ਲੈਣਾ ਤੇ ਕੰਮ ਬਣਾਉਣਾ ਬਿਲਕੁਲ ਠੀਕ ਆ ਅਸੀਂ ਵੀ ਕਈ ਵਾਰੀ ਬਾਈ ਉਹ ਜਿਹੇ ਪਸ਼ੂ ਵੀਡੀਓ ਬਣਾਉਣੀ ਪੈਂਦੀ ਆ ਭਾਜੀ ਵੇਖੋ ਸਾਡੇ ਕੰਮ ਸੱਦਿਆ ਤੇ ਜੇ ਉਹ ਵਿਚਾਰੇ ਕੋ ਪੱਧਰੀਆਂ ਹੋਣੀਆਂ ਤੇ ਪੱਧਰੀਆਂ ਬਣਾਉਣੀਆਂ ਆਦੀ ਕਈ ਵਾਰ ਸਾਡੇ 20 20 ਕਿਲੋ ਆ ਜਾਣਾ ਉਹ 20 20 ਕਿਲੋ ਵਾਲੀਆਂ ਕਿੱਥੋਂ ਲੈ ਆਊਗਾ ਜੀ ਇੱਡੇ ਦਾ ਹੁਣ ਆਇਆ ਨਹੀਂ ਬਣਾਉਣੀ ਪੈਣੀ ਆ ਬਸ ਬਸ ਜੀ ਸਾਡਾ ਕੰਮ ਸਵੇਰੇ ਇੱਕ ਮੱਝ ਆਪਣੀ ਗਈ ਉਹ ਫੌਜੀ ਵੀਡੀਓ ਬਣਾਉਂਦਾ ਦੇਖ ਆਪਣੇ ਜਿਹੜੇ ਕਹਿੰਦੇ ਨੇ ਵੇਰਕੇ ਧਰ ਜਾਂਦੇ ਅੱਛਾ ਬਿਠਵਾ 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 ਫੌਜੀ ਸਾਹਿਬ ਦੇ ਲਾਗੇ ਮੱਝ ਗਈ ਵੀਰਾਂ ਖੜੀ ਝੋਟੀ ਬੜੀ ਚੰਗੀ ਸੀ ਇੱਕ ਮੱਝ ਆਪਣੀ ਗਈ ਸਵੇਰੇ ਖੰਡੂਰ ਸਾਹਿਬ ਠੀਕ ਆ ਹਾਂਜੀ ਇੱਕ ਮੱਝ ਆਪਣੀ ਹੋਰ ਗਈ ਆ ਇੱਧਰ ਤਰਨਤਾਰਨ ਏਰੀਏ ਦੀ ਬੜੇ ਬੰਦੇ ਡੀਕਦੇ ਰਹੇ ਕਿ ਇੰਨੇ ਦਿਨ ਗਏ ਕਿੱਥੇ ਜੋ ਚਲੋ ਅਸੀਂ ਮੇਲਾ ਮੂਲਾ ਵੇਂਦੇ ਰਹੇ ਆਨੰਦਪੁਰ ਸਾਹਿਬ ਚਲ ਗਏ ਮੁੜ ਕੇ ਆਣ ਕੇ ਤੇ ਪਸ਼ੂ ਆਪਾਂ ਪਰਸੋਂ ਜਦੋਂ ਦੋ ਵੇਚੇ ਤੇ ਤਿੰਨ ਗੱਜ ਵੇਚ ਲਈਆਂ ਤਿੰਨ ਚਾਰ ਇਹ ਆ ਹੁਣ ਅਗਲੀ ਵੀਡੀਓ ਚ ਚਲੋ ਪਾ ਦਾਂਗੇ ਲੈਣੀ ਬਸ ਬਸ ਸਾਰਿਆਂ ਦਾ ਮਨ ਖੁਸ਼ ਕਰ ਦੇਣਾ ਛੋਟੇ ਛੋਟੇ ਭਾਅ ਦੇ ਬੜੇ ਬੜੇ ਠੀਕ ਹੈ ਨਾ ਭਾਜੀ ਹਾਂ ਠੀਕ ਆ ਤੇ ਪਿੰਡ ਆਪਣਾ ਹੈਗਾ ਧਵਾਨ ਜ਼ਿਲ੍ਹਾ ਹੈਗਾ ਗੁਰਦਾਸਪੁਰ ਤਹਿਸੀਲ ਬਟਾਲਾ ਨੇੜੇ ਵਾਲੀ ਵਾਲ ਦੇ ਤੇ ਦਾਲਮ ਦੇ ਤੇ ਕਿਲੇ ਦੇ ਤੇ ਧਿਆਨਪੁਰ ਦੇ ਨਾਂ ਮੇਰਾ ਪਿੰਦਾ ਨੰਬਰ ਹੈਗਾ 95924 2725 29 95924 2725 ਤੇ 2725 ਠੀਕ ਹੈ ਮੇਰੇ ਵੀਰ ਸਤਿ ਸ਼੍ਰੀ ਅਕਾਲ।